ਰਵਿੰਦਰ ਬਿੱਲਾ ਭਾਈ ਸਾਡੇ ਨਾਲ ਆ ਵੀਰ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਭਾਈ ਕਾਲੇ ਰੰਗ ਦਾ ਯਾਰ ਅੱਜ ਟੈਲੀਵਿਜ਼ਨ ਤੇ ਛਾ ਗਿਆ ਦੇਖ ਲਓ ਕਿੱਥੋਂ ਰੱਬ ਕਿੱਥੇ ਤੱਕ ਲਿਆ ਬਿਲਕੁਲ ਜੀ ਬਹੁਤ ਵਧੀਆ ਚੱਲ ਰਿਹਾ ਦਿਲੋਂ ਦਿਮਾਗ ਚੱਲ ਰਿਹਾ ਦਿਲੋਂ ਬਸ ਐਂ ਚੱਲ ਰਿਹਾ ਜਿੰਨੀਆਂ ਮਿਹਨਤ ਨਾਲ ਇਹ ਫਿਲਮ ਬਣਾਈ ਸੀਗੀ ਤੇ ਉਸ ਮਿਹਨਤ ਨਾਲ ਫਲ ਵੀ ਮੈਨੂੰ ਪਤਾ 100% ਮਿਲੂਗਾ ਕਿਉਂਕਿ ਬਹੁਤ ਸਾਰਿਆਂ ਵੱਲੋਂ ਇੰਨੇ ਮੈਸੇਜ ਆ ਰਹੇ ਨੇ ਬਹੁਤ ਵਧੀਆ ਗੁੱਡ ਰਿਸਪੌਂਸ ਹੈਗਾ ਲੱਗਦਾ ਪੂਰਾ ਵਧੀਆ ਪੱਤਾ ਪੈਣਾ ਜਦੋਂ ਇਸ ਫਿਲਮ ਨੂੰ ਬਣਾਉਂਦੇ ਸੀਗੇ ਕਿਉਂਕਿ ਆਪਣੀ ਪਹਿਲੀ ਮੁਲਾਕਾਤ ਨਹੀਂ ਹੋਈ ਤਾਂ ਮੈਂ ਐਡ ਆਨ ਕਰਨਾ ਚਾਹੁੰਦਾ ਵੀ ਤੁਸੀਂ ਆਪਣੀਆਂ ਕੋਈ ਪਰਸਨਲ ਚੀਜ਼ਾਂ ਦੇ ਵਿੱਚ ਐਡ ਆਨ ਕੀਤੀਆਂ ਸੀ ਵੀ ਜਿਹੜੀਆਂ ਮੈਂ ਫੀਲ ਕੀਤੀਆਂ ਹੋਣਗੀਆਂ ਬਿਲਕੁਲ ਇਹ ਫਿਲਮ ਦੇ 2 ਘੰਟਿਆਂ ਦੀ ਫਿਲਮ ਦੇ ਵਿੱਚ ਪੂਰੇ ਜਿਹੜੇ ਇਹਦੇ ਵਿੱਚ ਮੂਵ ਨੇ ਸਾਰੇ ਜਿਹਨੇ ਸਕਰੀਨ ਪਲੇ ਹੈ ਆਲਮੋਸਟ ਚੋਂ ਮੈਂ 98% ਆਪਣੀ ਜ਼ਿੰਦਗੀ ਦੇ ਵਿੱਚ ਹੰਡਾਇਆ ਤੇ ਕਈ ਵਾਰੀ ਇਦਾਂ ਕਰਦੇ ਕਰਦੇ ਬੰਦੇ ਦੇ ਮਾਈਂਡ ਦੇ ਸੈੱਟ ਵਿੱਚ ਹੋ ਜਾਂਦਾ ਯਾਰ ਆਹ ਚੀਜ਼ ਮੈਂ ਉਥੋਂ ਕੀਤੀ ਸੀ ਆਪਣੀ ਜ਼ਿੰਦਗੀ ਬੰਦੇ ਨੂੰ ਯਾਦ ਆ ਜਾਂਦੀ ਕਰਦਾ ਕਰਦਾ ਬਿਲਕੁਲ ਬਿਲਕੁਲ ਜਦੋਂ ਤੁਸੀਂ ਜਿਹੜੀਆਂ ਚੀਜ਼ਾਂ ਜ਼ਿੰਦਗੀ 'ਚ ਹੰਡਾਈਆਂ ਹੁੰਦੀਆਂ ਨੇ ਕੈਮਰੇ 'ਤੇ ਪਰਫਾਰਮ ਕਰਦੇ ਹੋ ਸਿਨੇਮੇ 'ਚ ਉਹੀ ਚੀਜ਼ ਨੂੰ ਫੇਰ ਤੋਂ ਦੁਬਾਰਾ ਦੇਖਦੇ ਹੋ ਫੇਰ ਜੀਣ ਨੂੰ ਮਿਲ ਜਾਂਦਾ ਹੁਣ ਫੈਮਿਲੀ ਦਾ ਕੀ ਰਿਸਪੌਂਸ ਆ ਫੈਮਿਲੀ ਕੀ ਕਹਿ ਰਹੀ ਆ ਖਾਸ ਕਰ ਤੁਹਾਡੀ ਗੁੜੀਆ ਕੀ ਕਹਿ ਰਹੀ ਆ ਬਹੁਤ ਵਧੀਆ ਫੈਮਿਲੀ ਦਾ ਰਿਸਪੌਂਸ ਹੈਗਾ ਕਿਉਂਕਿ ਫੈਮਿਲੀ ਨੇ ਇਹ ਚੀਜ਼ਾਂ ਦੇਖੀਆਂ ਨੇ ਹੰਡਾਈਆਂ ਨੇ ਤੇ ਉਹਨਾਂ ਨੇ ਵੀ ਜਦੋਂ ਫਿਲਮ ਦੇਖਣੀ ਆ ਬਹੁਤ ਖੁਸ਼ ਹੋਣਗੇ ਤੇ ਥੈਂਕ ਯੂ ਸੋ ਮਚ ਭਾਈ ਇਹ ਸ਼ਿਵਜੋਤ ਵੀਰਾ ਸਾਡੇ ਨਾਲ ਆ ਚੱਲਦੀਆਂ ਰਹਿੰਦੀਆਂ ਨੇ ਸੋ ਬਟ ਹਜੇ ਕੁਝ ਫਾਈਨਲ ਨਹੀਂ ਹੋਇਆ ਸੋ ਮੈਂ ਵੀ ਆਪਣੇ ਆਪ ਨੂੰ ਹਜੇ ਪ੍ਰਿਪੇਅਰ ਕਰ ਰਿਹਾ ਸੋ ਬਹੁਤ ਜਲਦੀ ਦੇਵਾਂਗੇ ਖਬਰ ਆਫੀਸ਼ੀਅਲੀ ਤੇ ਸ਼ਿਵਜੋਤ ਟੈਲੀਵਿਜ਼ਨ ਬਾਰੇ ਕੀ ਕਹਿਣਾ ਚਾਹੋ ਉਹਦੀਆਂ ਕੋਈ ਯਾਦਾਂ ਹੈਗੀਆਂ ਮੈਨੂੰ ਲੱਗਦਾ ਪਰ ਜਦ ਤੱਕ ਤੁਹਾਡਾ ਜਨਮ ਹੋਇਆ ਹੋਗਾ ਉਦੋਂ ਤੱਕ ਦਾ ਟੀਵੀ ਕਾਮਨ ਹੋ ਗਿਆ ਹੋਣਾ ਉਦੋਂ ਬਹੁਤ ਕਾਮਨ ਸੀਗਾ ਬਟ 1-2 ਸਾਲ ਸੀਗੇ ਜਦੋਂ ਸ਼ਕਤੀਮਾਨ ਆਉਂਦਾ ਹੁੰਦਾ ਸੀ ਸੰਡੇ ਨੂੰ ਸਾਰੇ ਇਕੱਠੇ ਹੋ ਕੇ ਹਨ ਸੋ 1-2 ਸਾਲ ਸੀਗੇ ਜਦੋਂ ਜੁੜੇ ਸੀਗੇ ਉਹ ਦੋ ਚੈਨਲ ਤੇ ਐਂਟੀਨਿਆਂ ਨਾਲ ਉਸ ਤੋਂ ਬਾਅਦ ਡਿਸ਼ਾਂ ਆ ਗਈਆਂ ਸੀ ਉਹ ਵੱਡੇ ਵੱਡੇ ਟੋਕਰੇ ਆ ਗਏ ਸੀ ਪਹਿਲਾਂ ਉਸ ਤੋਂ ਬਾਅਦ ਕਪੜਿਆਂ ਤੇ ਬਹੁਤ ਸੌਂਗ ਆਉਂਦੇ ਆ ਉਹਦਾ ਕੀ ਰੀਜ਼ਨ ਆ ਪਲਾਜ਼ੋ ਹੋ ਗਿਆ ਜਾਂ ਇਹ ਕੋਇਨਸੀਡੈਂਸ ਹੋ ਜਾਂਦਾ ਜਾਂ ਇਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਅੱਛੀ ਚੀਜ਼ ਹੁੰਦੀ ਆ ਅਲੱਗ ਜਿਹਾ ਸਬਜੈਕਟ ਹੁੰਦਾ ਨੋ ਡਾਊਟ ਇਨ ਦੈਟ ਸ਼ੁਰੂ ਤੋਂ ਆਪਾਂ ਜਿਵੇਂ ਸੁਣਦੇ ਆ ਹਨਾ ਕਿਉਂਕਿ ਕੋਈ ਵੀ ਜੰਮਿਆਂ ਦਾ ਸਿੱਖ ਕੇ ਆਉਂਦਾ ਨਹੀਂ ਸੋ ਆਪਾਂ ਸਾਰੇ ਸੁਣ ਸਿੱਖਦੇ ਹਾਂ ਆਏ ਹੋਏ ਗੀਤਾਂ ਦੇ ਉੱਤੋਂ ਸੋ ਜ਼ਿਆਦਾਤਰ ਗੀਤ ਕੁੜੀ ਕੁੱਟੀ ਅਤੇ ਸਿਫਤਾਂ 'ਤੇ ਹੁੰਦੇ ਨੇ ਹੈ ਨਾ ਸੋ ਸਿਫਤਾਂ ਲਈ ਫਿਰ ਤੁਹਾਨੂੰ ਕੁਛ ਨਾ ਕੁਛ ਟੋਪਿਕ ਪਿੱਕ ਕਰਨਾ ਪੈਂਦਾ ਸੋ ਕੋਕਾ ਜੇ ਕੋਈ ਵੀ ਵਾਲੀਆਂ ਹੈ ਨਾ ਕੁਛ ਵੀ ਤੁਸੀਂ ਪਿੱਕ ਕਰਦੇ ਹੋ ਇੱਕ ਕੋਈ ਵੀ ਰਾਈਟਰ ਹੈ ਸੋ ਇੱਦਾਂ ਹੀ ਇੱਕ ਉਹਨਾਂ ਦੀ ਜੁੜੀ ਹੋਈ ਚੀਜ਼ ਨੇ ਸੁਰਤ ਜਿਨ੍ਹਾਂ ਨੂੰ ਹਮੇਸ਼ਾ ਉਹ ਬਹੁਤ ਪਿਆਰ ਕਰਦੇ ਨੇ ਸੋ ਪਹਿਲਾਂ ਪੁਰਾਣੇ ਸਮੇਂ ਤੋਂ ਥੋੜ੍ਹੇ ਘੱਟ ਵਰਾਇਟੀ ਹੁੰਦੀ ਸੀ ਹੁਣ ਚੀਜ਼ਾਂ ਹੋਰ ਇੰਟਰੋਡਿਊਸ ਹੋ ਗਈਆਂ ਅੱਜ ਸ਼ਰਾਰੇ ਸ਼ਰੂਰੇ ਜੇ ਆ ਗਏ ਇਹ ਪਲਾਜ਼ੋ ਵਾਲੀ ਗੱਲ ਦੀ ਜੇ ਆਪਾਂ ਗੱਲ ਕਰੀਏ ਪਲਾਜ਼ੋ ਗਾਣੇ ਦਾ ਥਾਟ ਕਿੱਦਾਂ ਸੀ ਜ਼ਿਆਦਾ ਜਨਰੇਟ ਕਿਤੇ ਪਾਇਆ ਦੇਖਿਆ ਸੀ ਜਾਂ ਕਿਤੇ ਸ਼ਾਪਿੰਗ ਮਾਲ 'ਚ ਗਏ ਸੀ ਜਾਂ ਕਿਤੇ ਹਾਂਜੀ ਜਦੋਂ ਵਿਆਹਾਂ ਸ਼ਾਦੀਆਂ 'ਚ ਉਦੋਂ ਵੀ ਅਤੇ ਹੁਣ ਵੀ ਬਹੁਤ ਤੁਹਾਨੂੰ ਪਲਾਜ਼ੋ ਪਾਇਆ ਦੇਖੇਗਾ ਸੋ ਇਹ ਵੀ ਇੱਕ ਆਈਡੀਆ ਹੈ ਕਿ ਤੁਸੀਂ ਕਿਸ 'ਤੇ ਕਿਸ ਚੀਜ਼ ਦੇ ਥਰੂ ਇੱਕ ਉਹਦਾ ਹੁਸਨ ਬਿਆਨ ਕਰਨਾ ਹੈ ਜਾਂ ਆਪਦਾ ਟੌਪਿਕ ਕੀ ਬਣਾਉਣਾ ਹੈ ਸੋ ਜਿਵੇਂ ਜਿਵੇਂ ਟ੍ਰੈਂਡ ਚੇਂਜ ਹੁੰਦੇ ਨਵੀਆਂ ਚੀਜ਼ਾਂ ਆਈ ਜਾਂਦੀਆਂ ਉਹਨਾਂ ਦੇ ਗਾਣੇ ਬਣੀ ਜਾਂਦੇ ਬਾਈ ਥੈਂਕ ਯੂ ਸੋ ਮੱਚ ਤੇ ਆਪਾਂ ਫਿਲਮ ਦੇਖਦੇ ਉਸ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਜ਼ਰੂਰ ਮਿਲਾਂਗੇ ਥੈਂਕ ਯੂ ਹੋਰ ਸੁਣਾਓ ਕਿਤੇ ਭਾਜੀ ਕਿਦਾਂ ਬਹੁਤ ਵਧੀਆ ਠੀਕ ਹੋ ਮੈਨੂੰ ਇਹ ਦੱਸੋ ਵੀ ਸੱਚੀ ਆਟੇ ਕਣਕ ਪੀ ਕੇ ਦੇਖੀ ਸੀ ਚੱਕੀ ਦਾ ਗੱਟਾ ਹੋਰ ਕੀ ਯਾਰ ਕਿੱਦਾਂ ਦਾ ਨਿਕਲਿਆ ਸੀ ਆਟਾ ਗਰਮ ਮੋਟਾ ਪਤਾ ਜਮਾਂ ਮੋਟਾ ਦਰੜ ਬਰੀਕ ਪੀਂਦੇ ਰਹੇ ਯਾਰ ਇਹ ਜਿਹੜੀ ਰੈਸਪੀ ਦੱਸੀ ਆ ਵਿੱਚ ਵੀ ਦੀਵਾ ਜਗਾ ਕੇ ਕਿਦਾਂ ਮੈਂ ਪੀਂਦਾ ਨਹੀਂ ਰਿਹਾ ਮੈਂ ਪਿਉਂਦਾ ਰਿਹਾ ਚੱਕੀ ਦੇ ਜਦੋਂ ਮੈਂ ਸਾਈਕਲ ਦੇ ਵਿਚਾਲੇ ਬੋਰਾ ਰੱਖ ਕੇ ਲੈ ਕੇ ਜਾਣਾ ਤੇ ਪਿਉਂਦੇ ਰਹੇ ਬਸ ਬੜਾ ਪਿਆਰ ਦਿੱਤਾ ਯਾਰ ਲੋਕਾਂ ਨੇ ਚੰਗਾ ਲੱਗਾ ਕਰੈਕਟਰ ਬਹੁਤ ਅੱਛਾ ਮੈਂ ਕਹਿੰਦਾ ਡਬਲ ਸ਼ੀਟ ਕਰੈਕਟਰ ਦੀ ਉਦੋਂ ਬਾਅਦ ਚ ਇੱਕ ਚੱਕੀ ਵਾਲਾ ਕਰੈਕਟਰ ਹੋ ਗਿਆ ਇੱਕ ਸੰਤ ਵਾਲਾ ਕਰੈਕਟਰ ਸੰਤ ਵਾਲਾ ਤਾਂ ਰੌਣਕ ਹੈ ਲੱਖ ਰੰਜਣ ਹਾਂ ਬੀਬੀ ਸਾਹਮਣੇ ਤੇਰਾ ਕਰੇ ਮਨੋਰੰਜਨ ਜਿਹੜਾ ਤਰੀਕਾ ਦੱਸਿਆ ਦੀਵਾ ਜਗਾਉਣਾ ਹੋ ਜਾਂਦਾ ਕੁਛ ਮੈਂ ਕਿਹਾ ਬੱਤਰੀਆ ਸੰਘਾ ਸਾਹਿਬ ਦੇ ਅੰਦਰ ਕਰੈਕਟਰ ਕੀਤਾ ਫਿਰ ਵੀ ਮੈਂ ਡਾਇਰੈਕਟਰ ਨੂੰ ਪਤਾ ਹੋਊਗਾ ਨਹੀਂ ਪਰ ਜਿੱਦਾਂ ਦਾ ਮੈਨੂੰ ਆਪਾਂ ਉਹ ਫਨੀ ਬਾਬਾ ਸਿੰਘ ਤੇ ਐਂਟਰਟੇਨਮੈਂਟ ਕਰੈਕਟਰ ਸੀਗਾ ਇੰਟਰਵਲ ਤੱਕ ਤਾਂ ਛਾਏ ਪਏ ਇੰਟਰਵਲ ਤੋਂ ਅੱਗੇ ਗੱਡੀ ਹੋਰ ਉੱਪਰ ਨੂੰ ਜਾਊਗੀ ਦੇਖੋ ਭਾਜੀ ਹੁਣ ਆਪਾਂ ਨੂੰ ਮੈਨੂੰ ਵੀ ਕਰਿਓਸਟੀ ਆ ਵੀ ਬਾਕੀ ਦੇਖੋ ਕਿੱਦਾਂ ਨਹੀਂ ਪਰ ਹੁਣ ਤੱਕ ਤਾਂ ਫਿਲਮ ਹੈਗੀ ਵਧੀਆ ਕਿਉਂਕਿ ਮੈਂ ਤਾਂ ਆਪਣੇ ਡਬਿੰਗ ਵੀ ਜਦੋਂ ਕੀਤੀ ਮੈਂ ਆਪਣੇ ਕਰੈਕਟਰ ਦੀ ਕੀਤੀ ਸੀ ਹੈ ਨਾ ਤੇ ਹੁਣ ਦੇਖਦੇ ਹਾਂ ਭਾਜੀ ਗੁੱਡ ਲੱਕ ਯਾਰ ਤੁਸੀਂ ਵੀ ਸਾਰੇ ਦੇਖ ਕੇ ਨਾ ਤੇ ਦੱਸਿਓ ਕਿੱਦਾਂ ਦਾ ਕਰੈਕਟਰ ਲੱਗਾ ਮੈਂ ਨਵਾਂ ਕੀਤਾ ਸਾਧੂ ਦਾ ਮੈਂ ਕਰਮਜੀਤ ਭਾਜੀ ਨੂੰ ਬੜਾ ਵਧੀਆ ਲੱਗਾ ਮੇਰੇ ਨਾਲ ਹੀ ਬੈਠੇ ਸੀ ਤੇ
गाने भी वधिया कहिंदा यार तेरा आ करैक्टर नवां जिहड़ा तू कीता वधिया लगा। थैंक यू सो मच। ते टेलीविजन फिल्म जस्ट खत्म हुई आ ते इस फिल्म दे विच बाई ने डेब्यू कीता नाल नवदीप कलेर भी पहुंचे होया की हाल चाल पहला तो सारे प्यार प्रिय सत श्रीकाल बहुत वधिया भाजी रंगीन टीवी वंडते फिरदे आ ले लो एक अद्धा मैं तो आप गया जो तुम्हारी एंट्री हुई मैं यार सारे मसले की जड़ मेरे हाथ जल्दी अपने आप देख के बड़ी स्क्रीन ते किदां लगा फिर बहुत वधिया लग्या जी बहुत वधिया लग्या मैं पहला दस्या वीरे नूं मैं कहा मैं नर्वस सीगा पता नहीं की कीता मेरे याद भी नहीं सी हैना बट देख के हुण लग्या आई एम हैप्पी कदे कई बार लगता ना यार आ की करता सीगा पर मैनूं वधिया लग्या मैनूं वधिया लग्या तुसीं तां काफ़ी एक्सपीरियंस हो की कहना चाहोगे जिहड़ी बाई ने एंट्री मारी फिर नहीं बहुत अच्छी लगी क्योंकि शिवजोत ने बहुत मेहनत की है पहले सिंगिंग लाइन तो लैके हुण देखो गैसट एक्सपीरियंस फिल्म दी हैगी अगे शिवजोत दी होर फिल्म भी आ रही ने तो उ गल है भी ये तो भुलिया हो लग रहा है थोड़े थोड़े पता नहीं की होगा बट स्क्रीन से देख के बड़ा अच्छा लग्या तो बेस्ट विशेज ने साडियां तो सानू तुहानू सारयां नू अपील है कि फिल्म जरूर देखियो शिवजोत ने बहुत सोहना काम किया कुलविंदर ने बहुत वधिया काम किया सारी टीम ने बहुत सोहना काम किया जी बहुत वधिया मूवी है ऑडियंस नू यही मैसेज देना चाहूँगा कि परिवारक मूवी है परिवार नाल आके तुसीं इंजॉय कर सकते हो स्पैशली पेरेंट्स ने तो वह एरा हंडाया जो पिंडां दे विच पहली बार टीवी आए थे सो सारे जने बहुत रिलेट करनगे ते बहुत इंजॉय करनगे जी। थैंक यू सो मच। थैंक यू बहुत बहुत सिमरन किवें लगी टेलीविजन टेलीविजन बहुत वधिया सीगी जरूर आके वेखो इन्नी एक्साइटमेंट जदों नवा नवा टेलीविजन आता आया सीगा है ना ते लोकां नूं किन्नी एक्साइटमेंट होंदी सी ते जरूर देखनी चाहिए है बहुत वधिया मूवी है बहुत फनी है ते मैं तो 5 out of 5 दांगी। जिदा हुण आपां ना गैट टूगैदर दे बहाने लभदे आ कदे लगदे ना यार इह पहला दा टाइम हुंदा तां गैट टूगैदर तां डेली मिल जाया करना सी आपां एक्चुअली बहुत इदा होंदा सीगा ना मतलब देख के इदा लग्या भी गैट टूगैदर रोज़ हो रही है उन्हां विच है ना रोज़ सांझ हो रही है हुण मैनूं लगदा भी जद दे फोन आए ने साडे हाथ विच उदों दी दूरियां वध गईआं ने ते पहले असीं ज़्यादा करीब सीगे। हाँ जी ते मेहंदी तखड़ जी ते कुलविंदर बिल्ला वीरे दी ऑन स्क्रीन जोड़ी किवें लगी नवीं जोड़ी मिली है पंजाब इंडस्ट्री जी जोड़ी बहुत वधिया सीगी उन्हां दा दोनों का एक्ट बहुत वधिया सीगा सारी टीम ने बहुत वधिया एक्ट किया है कुकी भाजी कुलविंदर जी मेहंदी ठक्कर जी बहुत वधिया एक्ट किया जी। तुहाडे आने वाले प्रोजेक्ट्स बारे भी सानू जरूर दस के जाओ जी मेरा जल्दी ही ट्रैक आने वाला है तो मेरे मूवी विच भी 2-3 ट्रैक्स आने वाले ने कुलचे छोले प्ले एज अ प्लेबैक सिंगर तो होर भी तुसी देखोगे कि जल्दी ही मेरा नवा ट्रैक आएगा। थैंक यू सो मच एंड बेस्ट विशेज फॉर यू। इंटरव्यू होया जी फिल्म टेलीविजन दा अर्शमणी तरुणी जी दा साडे नाल आ भाजी की हाल चाल वधिया वीरे तुसी सुनाओ सब ठीक ठाक बहुत वधिया तुसी सुनाओ चढ़दी कला जी चढ़दी कला कृपा कि लगा इंटरवल तक टेलीविजन बहुत वधिया बहुत घैंट उस्ताद मैसेज भी है एंटरटेनमेंट भी है फिल्म का म्यूजिक भी बहुत वधिया हासे हासे काम पूरे वधिया ते सिचुएशनल कॉमेडी बहुत वधिया यार मैं अज तक मैं नहीं टीवी देखा जेड़ा इदा खोलदा तुसी देखे हो हां हां भाई आपां ने देखे ये तो पिंडा दे रहण वाले ते पिंडा चो आए हो तो देखे है रहण वाले सी भी पिंड दे भाई तुसी हां दादियां तो पए ही अही ते अही तो बहुत पुराने आ ना तां करके तेरे नहीं वीरे तुसी ਨਹੀਂ ਮੈਂ ਤਾਂ ਨਹੀਂ ਵੇਖਿਆ ਨਹੀਂ ਦੇਖੇ ਤੇ ਹੋਣਗੇ ਪਰ ਇਹ ਵੀ ਪਏ ਨਹੀਂ ਦੇਖੇ ਨੇ ਹਾਂ ਪਏ ਜ਼ਰੂਰ ਦੇਖੇ ਬੰਦ ਪਏ ਜ਼ਰੂਰ ਚੱਲਦੇ ਨਹੀਂ ਵੇਖੇ ਪਏ ਜ਼ਰੂਰ ਪਏ ਵੇਖੇ ਪਏ ਵੇਖਿਆ ਚੱਲਦੇ ਨਹੀਂ ਵੇਖੇ ਤੇ ਐਂਟੀਨਾ ਕਿਨੇ ਕਿਨੇ ਕਮਾਇਆ ਕੋਠੇ ਚੜ ਕੇ ਉਹ ਤਾਂ ਹੀ ਕਮਾਇਆ ਬਈ ਛੋਟੇ ਹੁੰਦੇ ਆ ਜਦੋਂ ਉਹ ਕੱਲਾ ਉਹ ਦੂਰਦਰਸ਼ਨ ਹੀ ਆਉਂਦਾ ਇਹਨਾਂ ਨੈਸ਼ਨਲ ਆ ਉਦੋਂ ਇੱਕ ਟੀਵੀ ਹੁੰਦਾ ਜਿਹੜਾ ਕਈ ਵਾਰ ਜਿਵੇਂ ਪੁਰਾਣਾ ਟੀਵੀ ਦੂਜੇ ਕਮਰੇ 'ਚ ਨਹੀਂ ਰੱਖ ਦਿੰਦੇ ਵੀ ਚੱਲ ਇੱਥੇ ਇਹ ਵੇਖ ਲਿਆ ਕਰਨਗੇ ਉਹ ਐਂਟੀਨੇ ਨਾਲ ਹੁੰਦਾ ਜੀ ਉਹ ਅਸੀਂ ਛੋਟੇ ਹੁੰਦੇ ਕੀਤਾ ਕੰਮ ਪਰ ਫਿਰ ਕਈਆਂ ਨਹੀਂ ਘਰਦੇ ਘਬਰਾ ਜਾਂਦੇ ਵੀ ਯਾਰ ਕਿਤੇ ਸੱਟ ਫੇਰ ਨਾ ਲੱਗ ਜੇ ਤੇ ਫਿਰ ਉਹਨਾਂ ਨੇ ਫਿਰ ਦੂਜਾ ਟੀਵੀ ਲਿਆ ਤਾਂ ਸੀ ਉਦੋਂ ਰੰਗਦਾਰ ਜੇ ਆ ਗਏ ਸੀ ਸ਼ਕਲਾਕਾ ਬੂਮ ਸ਼ਕਤੀਮਾਨ ਹੋਰੀ ਜਦੋਂ ਆਏ ਉਦੋਂ ਅਸੀਂ ਉਦੋਂ 4th, 5th, 6th ਸੀਗੇ ਮੈਨੂੰ ਯਾਦ ਆ ਅਤੇ ਫਿਰ ਅਸੀਂ ਵੇਖਿਆ ਪਰ ਅਸੀਂ ਘਰ ਦੇ ਉਦੋਂ ਗੱਲਾਂ ਬਹੁਤ ਸੁਣੀਆਂ ਡੈਡੀ ਤੋਂ ਪੁਰਾਣੇ ਵੀ ਜਦੋਂ ਟੀ ਵੀ ਕਿਸੇ ਦੇ ਘਰ ਵਾਕਈ ਇੱਦਾਂ ਆਉਣਾ ਅਤੇ ਉਹ ਘਰ 'ਚ ਆਸ਼ਾਸ਼ ਹੋਈ ਨਹੀਂ ਕੋਈ ਨਾਟਕ ਜਾਂ ਕੋਈ ਸੀਰੀਅਲ ਯਾਦ ਹੋਵੇ ਜਿਹੜਾ ਤੁਸੀਂ ਦੇਖਦੇ ਹੋ ਰਿਪੀਟ ਦੇ ਟੀਵੀ 'ਤੇ ਉਦੋਂ ਦੇਖਿਆ ਵੀ ਜਿਹੜਾ ਉਹ ਸਵੇਰੇ ਸਵੇਰੇ ਐਤਵਾਰ ਨੂੰ 9 ਵਜੇ ਆਉਂਦਾ ਨਾ ਕ੍ਰਿਸ਼ਨਾ ਹੈ ਨਾ ਉਹ ਦੇਖਦੇ ਸ਼ਕਤੀਮਾਨ ਸ਼ਕਤੀਮਾਨ ਦੇਖਦੇ ਸੀ ਉਹ ਕਿਹੜੇ ਹੁੰਦਾ ਚੰਦਰਕਲਾ ਚੰਦਰਕਾਂਤਾ ਕੀ ਹੁੰਦੀ ਹੈ ਨਾ ਚਿੱਤਰਹਾਰ ਚੰਦਰਕਾਂਤਾ ਹਾਂ ਇਹ ਵੀ ਦੇਖਿਓ ਇਹ ਵੀ ਦੇਖਿਓ ਬਾਈ ਨਹੀਂ ਜਿਹੜੇ ਤੁਸੀਂ ਦਰਸ਼ਨ ਦੇ ਲਿਸ਼ਕਾਰਾ ਵੀ ਵੇਖਿਆ ਹਾਂ ਅਸੀਂ ਇੱਕ ਘੁੱਗੀ ਭਾਜੀ ਦੀ ਇੱਕ ਉਹ ਹੁੰਦੀ ਸੀ ਉਹ ਦੂਰਦਰਸ਼ਨ 'ਤੇ ਉਹ ਆਪਾਂ ਕਹਿ ਦਈਏ ਇੱਕ ਸ਼ੋਰਟ ਸਟੋਰੀ ਜੀ ਹੁੰਦੀ ਸੀਗੀ ਉਹ ਆਉਂਦੀ ਹੁੰਦੀ ਸੀ ਉਹ ਜਿਹ 'ਚੋਂ ਬਹੁਤ ਮਿਹਨਤ ਜੀ ਕਰਦੇ ਰਨਿੰਗ ਜੀ ਲਾ ਕੇ ਜਾਂਦੇ ਹੁੰਦੇ ਆਪਣੇ ਘਰੋਂ ਉਹ ਵੀ ਮੈਂ ਵੇਖੀ ਉਹ ਵੀ ਸਟਾਰਟ ਹੋ ਗਈ ਹੈ ਆਪਾਂ ਦੁਬਾਰਾ ਤੁਹਾਨੂੰ ਜੁਆਇਨ
जो भी पंजाबी फिल्म इंडस्ट्री की गल करते हैं तो उसदे विच पंजाबी म्यूजिक का बहुत अहम योगदान रहिंदा है। तो अज तक जे आपां गल करिए पंजाबी फिल्मों के सब तो खूबसूरत गीत जिन्होंने सानू दिते आ पंजाबी ऑडियंस दिते आ वह साडे नाल साडा वीर नथू माजरा। वीरे की हाल चाल? बहुत वधिया वीरे, तुसीं दस्सो जी की हाल चाल भाजी? सब वधिया, तुसीं सुणाओ किवें? पहला तो सवाल यही असीं पुछना चाहुंदे आ वी एड्डी रूहानियत अज तक भी ताडी राइटिंग दे विच बरकरार आ। जे आपां गल करिए लंघे पाणी नूं बहुत टाइम हो गया, मिल के बैठिआं नूं भी बहुत टाइम हो गया, बट अज भी जदों ताडा सौंग हुण आपां टैलीविजन 'च भी सुणदे आ तां उही ताज़ापन नज़र आउंदा। बाबा जी बहुत जिम्मेवारी लगता कि कोई चंगा करिए अपने, क्योंकि जिदा हम गाने किए लगता कि होर चंगा होर चंगा होर चंगा करने की कोशिश। थॉट सही है भी जिहड़ा मिलके बैठांगे गाना पहले तुसीं खुद गाना चाहुंदे सीगे? बिलकुल बिलकुल, मिलके बैठांगे उस तरह फिर फिल्म च गए। शाह जी ने की कहा सी वे अमरिंदर भाई तो गोल ने अमरिंदर भाई दी फिल्म स्टेज ते ओदे विच फिर गाना सिलेक्ट हो गया उच कीता जी। ते जदों इना सुपर डुपर हिट होया फिर की आ दिमाग भी ठीक हो गया या कदे पहले दिल च तां होऊगा कि बहुत खूबसूरत गाना यार मैं ही गाना सी? नहीं नहीं वीरे, अमरिंदर भाजी नूं बहुत सूट कीता गाना, मैनूं लगदा गाना बणे ही उन्हां लई सीगा ते बाबा जी ने मेहर करी गाना हिट हो गया। ते होर अजकल की चल रहा है? फिल्म हुण 22 कीती आ, कुलविंदर भाई दी नवीं फिल्म आ रही आ उहनां दा बस ओहदा गाना कीता जी नहीं लगदा, और काफ़ी सारिया फिल्मा जी मूवी स्टार्ट हो गई आप कुछ मूवी इंजॉय कर दे कुछ दोबारा जरूर जी जी जरूर जाके देखो। सेलिब्रेशन हो रही है एवं जिम्मे दिवाली होती है टेलीविजन अज एवं हिट है। अच्छा रवनीत भाजी एक गल दसो, 90s के जेडे हीरो होंगे सके है ना, मतलब वो आप देखते होंगे सी तो तुम जरूर, मैं यही कहूँगा फैमिलीज के नाल आओ, बड़ी परिवारक फिल्म, एक मीनिंगफुल सिनेमा और स्नेहा तुसी देखो, डौरी दे उत्ते स्नेहा सी, परिवारां दे रिश्तियां उत्ते स्नेहा सी, तुसी जरूर जिथे हसना चाहिए सी उत्ते ऑडियंस हसी, जिथे ताड़ियां दी लोड़ सी उत्ते ऑडियंस ने ताड़ी मारी। सो जरूर परिवारां दे नाल अगली जनरेशन है जिहड़ी साडे तों वी अगे सानू वी आउणा चाहिए। मैं अपने भरा भैन सारे नूं कहूँगा कि जरूर वेख के जाओ, पंजाब दे लोड़ दी की वैल्यू सी ओह तुहानूं पता लगेगी, तुहानूं पता लगेगा भी समां किदां दा सी, किन्ना प्यारा समां सी, आ स्नैपचैट इंस्टाग्राम वाला नहीं पुराना समा, बहुत वधिया। परिवारों के नाल मिलकर तुसीं जरूर फिल्म देखण जरूर आओ, आपां सिनेमे नूं सपोर्ट करिए, बिल्ले वीरे दी फिल्म नूं सपोर्ट करिए, सो चंगे सिनेमे दी अरदास करिए, परमात्मा सब नूं राजी खुशी रखे, जरूर आयो। क्या बात है, मैसेज भी होगा तुहाडा पर्सनली ऑडियंस? मैसेज मेरा मेरी मैसेज नहीं, मेरी है कि बेनती है कि ਤੁਹਾਨੂੰ 100% ਫਿਲਮ ਇੰਜੋਏ ਕਰਾਊ, ਇੰਟਰਟੇਨਮੈਂਟ ਤੁਹਾਡਾ ਫੁੱਲ ਹੋਊਗਾ, ਅਤੇ ਤੁਹਾਡਾ ਜਿੱਦਾਂ ਗੀਤਾਂ ਨੂੰ ਸਾਥ ਦਿੱਤਾ, ਮੇਰੀ ਪਿੱਛੇ ਫਿਲਮ ਆਈ ਸੀ ਪ੍ਰਾਹੁਣਾ ਨੂੰ ਵੀ ਪਿਆਰ ਦਿੱਤਾ ਸੀਗਾ, ਅਤੇ ਇਹ ਵੀ ਫਿਲਮ ਤੁਹਾਨੂੰ ਨਿਰਾਸ਼ ਨਹੀਂ ਕਰੂ, ਤੁਸੀਂ ਜਾਓਗੇ ਆਪਣੇ ਵੱਡਿਆਂ ਨੂੰ ਆਪਣੇ ਫੈਮਿਲੀਜ਼ ਨੂੰ ਤੁਸੀਂ ਜਦੋਂ ਲੈ ਕੇ ਜਾਓਗੇ ਤਾਂ ਉਹਨਾਂ ਨੂੰ ਉਹ ਤੁਹਾਡਾ ਸਮਾਂ ਯਾਦ ਕਰਾਉਂਗੇ ਜਿਨ੍ਹਾਂ ਨੇ ਉਹ ਹੰਢਾਇਆ ਹੋਇਆ, ਅਤੇ ਨਵੇਂ ਬੱਚਿਆਂ ਲਈ ਇੱਕ ਨਵੀਂ ਚੀਜ਼ ਹੈਗੀ ਜਿਨ੍ਹਾਂ ਨੇ ਟੈਲੀਵਿਜ਼ਨ ਨਹੀਂ ਦੇਖਿਆ। ਮੈਂ ਕਹਿ ਸਕਦਾ ਕਿ ਫੁੱਲ ਇੰਟਰਟੇਨਿੰਗ, ਫੁੱਲ ਇੱਕ ਸਿਚੁਏਸ਼ਨਲ ਕਾਮੇਡੀ, ਉਸ ਤੋਂ ਇਲਾਵਾ ਇੱਕ ਮੈਸੇਜ ਵਾਲੀ ਫਿਲਮ। ਅੱਜ ਤੁਹਾਡੇ ਨਾਲ ਸਪੋਰਟਿੰਗ ਐਕਟਰਸ ਬਹੁਤ ਅੱਛੇ ਰਹੇ ਹੈ ਨਾ, ਜਿਸ ਦੇ ਨਾਲ ਫਿਲਮ ਹੋਰ ਖੂਬਸੂਰਤ ਬਣ ਗਈ, ਬਨਿੰਦਰ ਬੰਨੀ ਭਾਜੀ ਨੇ ਅਤੇ ਉਹਦੇ ਨਾਲ ਹੀ ਨਾਲ ਹਰਵੀ ਸੰਘਾ ਜੀ, ਗੁਰਪ੍ਰੀਤ ਭੁੱਗੀ ਜੀ, ਸੋ ਇਹਨਾਂ ਸਾਰਿਆਂ ਬਾਰੇ ਕੀ ਕਹਿਣਾ ਚਾਹੋਗੇ, ਔਰ ਮੈਂਡੀ ਜੀ ਬਾਰੇ ਸਪੈਸ਼ਲੀ? ਬਿਲਕੁਲ, ਸਾਰੇ ਆਰਟਿਸਟਾਂ ਦੇ ਸਹਿਯੋਗ ਨਾਲ ਹੀ ਇੱਕ ਚੰਗਾ ਪ੍ਰੋਜੈਕਟ ਬਣਦਾ ਹੈਗਾ। ਮੈਂਡੀ ਬਹੁਤ ਚੰਗੇ ਐਕਟਰ ਤਾਂ ਹੈਗੇ ਨੇ, ਇਨਸਾਨ ਵੀ ਬਹੁਤ ਚੰਗੇ ਜੀ। ਔਰ ਅਗਰ ਫਿਲਮ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਡਾ ਪਸੰਦੀਦਾ ਜਿਹੜਾ ਕੈਰੇਕਟਰ ਬਣ ਗਿਆ ਉਹ ਤਾਂ ਕਿਹੜਾ ਸੀਗਾ? ਉਹ ਤਾਰੇ ਨੂੰ ਛੱਡ ਕੇ, ਦੇਖੋ ਮੇਰੇ ਵਾਲੇ ਨੂੰ ਛੱਡ ਕੇ ਮੈਨੂੰ ਸਾਰੇ ਕੈਰੇਕਟਰ ਬਹੁਤ ਵਧੀਆ ਲੱਗੇ ਗਏ, ਅਤੇ ਉਹ 'ਚ ਸ਼ਿਵਜੋਤ ਦਾ ਡੈਬਿਊ ਸੀਗਾ, ਮੈਂ ਤਾਂ ਭਰਾ ਲਈ ਵੀ ਬਲੈਸਿੰਗ ਦੇ ਰਿਹਾ ਕਿ ਇਹਦਾ ਡੈਬਿਊ ਸੀ ਜਿਹੜਾ, ਇਹ ਹੁਣ ਬਹੁਤ ਵੱਡਾ ਅੱਗੇ ਫਿਲਮਾਂ ਦੇ ਵਿੱਚ ਵੱਡੀਆਂ ਬਹੁਤ ਵਧੀਆ ਮੂਵੀ ਹੈ ਜੀ। ਸਾਰਿਆਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਫੈਮਿਲੀਜ਼ ਨਾਲ ਆਓ ਅਤੇ ਤੁਸੀਂ ਇਹ ਕਨਸੈਪਟ ਬਹੁਤ ਇੰਜੋਏ ਕਰੋਗੇ, ਇੱਕ ਕਾਮੇਡੀ, ਇੱਕ ਡਰਾਮਾ, ਇੱਕ ਫੈਮਿਲੀ ਵਾਲੀ ਮੂਵੀ। ਕੋਈ ਨਹੀਂ ਕੋਈ ਨਹੀਂ, ਅੱਛਾ ਐਂਟੀਨਾ ਕੀਤਾ ਜੀ ਸੈੱਟ ਸ਼ਕਤੀਮਾਨ ਵਾਲੇ ਟਾਈਮ, ਬੰਕ ਬੰਕ ਉਹ ਤਾਂ ਹੁੰਦਾ ਹੀ, ਸੰਡੇ ਨੂੰ ਆਉਂਦਾ ਸੀ, ਬੰਕ ਦੀ ਲੋੜ ਹੀ ਨਹੀਂ ਪੈਂਦੀ ਸੈਟਰਡੇ ਨੂੰ ਆਉਂਦਾ ਸੀ। ਮੈਨੂੰ ਲੱਗਦਾ ਜੀ ਉਹਦਾ ਸੀਗਾ ਹੀ ਪਹਿਲਾਂ ਦਾ ਘਰੇ, ਤਾਂ ਮੈਨੂੰ ਯਾਦ ਨਹੀਂ ਕੌਣ ਲੈ ਕੇ ਆਇਆ ਹੋਣਾ ਉਦੋਂ, ਅਤੇ ਉਹ ਟਾਈਮ ਪਹਿਲਾਂ ਦਾ ਸੀਗਾ ਜਦੋਂ ਪਿੰਡ 'ਚ ਪਹਿਲੇ ਪਹਿਲੇ ਦੂਜੇ ਟੈਲੀਵਿਜ਼ਨ ਆਉਂਦੇ ਸੀ, ਸਾਰੇ ਪਰਿਵਾਰ ਬਹਿ ਕੇ ਇਕੱਠੇ ਦੇਖਦੇ ਸੀ, ਉਦੋਂ ਨਵੀਂ ਨਵੀਂ ਚੀਜ਼ ਦਾ ਚਾਅ ਹੁੰਦਾ, ਫਿਰ ਜਿਵੇਂ ਜਿਵੇਂ ਟੈਕਨੋਲੋਜੀ ਚੇਂਜ ਹੁੰਦੀ ਗਈ ਫਿਰ ਤਾਂ ਘਰ ਘਰ ਟੈਲੀਵਿਜ਼ਨ ਹੁੰਦੇ। ਅੱਛਾ ਅੱਜ ਦੇ
ਦੌਰ ਦੇ ਵਿੱਚ ਲੋਕਾਂ ਲਈ ਕੀ ਸੁਨੇਹਾ ਦੇਣਾ ਚਾਹੋਗੇ? ਹਰ ਕਿਸੇ ਦੇ ਕੋਲ ਫੋਨ ਹੈ, ਫੋਨ 'ਚ ਲੱਗੇ ਰਹਿੰਦੇ ਨੇ, ਆਪਣੇ ਪਰਿਵਾਰ ਨੂੰ ਇਕੱਠੇ ਹੁੰਦਾ ਨਹੀਂ। ਬਿਲਕੁਲ ਜੀ, ਮੂਵੀ 'ਚ ਵੀ ਬਹੁਤ ਵੱਡਾ ਮੈਸੇਜ ਹੈ ਕਿ ਪਹਿਲਾਂ ਕਿੱਦਾਂ ਸਾਰੇ ਜੁੜ ਕੇ ਬਹਿੰਦੇ ਸੀਗੇ, ਅੱਜ ਆਪਾਂ ਇਕੱਲੇ ਇਕੱਲੇ ਸਾਰੇ ਫੋਨਾਂ ਨਾਲ ਲੱਗੇ ਰਹਿੰਦੇ ਹਾਂ। ਸੋ ਇੱਕ ਹੋਰ ਵਧੀਆ ਮੈਸੇਜ ਡਾਊਰੀ ਦੇ ਉੱਤੇ ਕਿ ਕਿੱਦਾਂ ਦੱਸ ਰਹੇ ਸੀਗੇ ਕਿ ਡਾਊਰੀ ਕਿੱਦਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਨੁਕਸਾਨ ਕਰ ਸਕਦੀ ਹੈ। ਸੋ ਅੱਜ ਹੋ ਵੀ ਰਿਹਾ, ਆਪਾਂ ਦੇਖਦੇ ਹਾਂ। ਸੋ ਗੁੱਡ ਫਿਲਮ ਵਿਦ ਅ ਗੁੱਡ ਮੈਸੇਜ। ਥੈਂਕ ਯੂ ਸੋ ਮਚ। ਥੈਂਕ ਯੂ। ਥੈਂਕ ਯੂ।